ਅੱਜ ਦਾ ਵਲੌਗ ਬਹੁਤ ਹੀ ਡਿਮਾਂਡਿੰਗ ਸੀਗਾ ਕਿ ਤੁਸੀਂ ਸਾਰੇ ਜਣੇ ਕਹਿਣ ਦੇ ਸੀ ਹਾਊਸ ਟੂ ਹਾਊਸ ਟੂ ਹਾਊਸ ਟੂ ਸੋ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਪਣਾ ਹਾਊਸ ਟੂ ਸੋ ਮੇਰੇ ਯਾਰ ਤੁਸੀਂ ਕੱਪੜੇ ਤਾਂ ਕਮੈਂਟ ਨਾ ਕਰਿਆ ਕਰੋ ਮੇਰੇ ਤੋਂ ਸੱਚੀ ਇੰਨੇ ਹੀ ਕੱਪੜੇ ਆ ਤੁਸੀਂ ਕਹਿ ਦਿੰਦੇ ਆ ਇਹਨਾਂ ਤੋਂ ਪਾਸੇ ਪਾਉਂਦੇ ਨਹੀਂ ਇਹ ਮੇਰੇ ਖਿਆਲ ਨਾਲ ਬੰਦੇ ਜਾਣੇ ਪਛਾਣੇ ਲੱਗ ਰਹੇ ਨੇ ਇਹ ਸਾਡੀ ਪਹਿਲੀ ਸਾਰੀ ਆ ਵਾਲੀ ਇਹ ਹੈਗੀ ਆ 16 ਕਿੱਲੇ ਆ ਤੇ 16 ਕਿੱਲੇ ਪਹਿਲੀ ਬੀਬੀ ਖਵਾਰ ਪੜਨ ਦੀ ਹੈਲੋ ਬੀਬੀ राजू वाला कमरा है नाल जरमनजीत सिंह लालू पढ़ रहे ने ठीक है तो जिन्हों पढ़ना नहीं आता वह पढ़ा रही है बहुत गर्मी यार बड़ा औखा व्लॉग बनाया है लाइक कमेंट कर दियो हुण पार्ट 4 ही ला लो बाज नाल नाक है चुप चुप पार्ट चुप कर हुण आपां फिर चले आ हविश नूं मिलण उत्थे जाके तुहानूं दस देंगे हविश कौन आ तो आ जाओ भी आपां तुहानूं लै के जांदे हविश वाल बहुत ही क्यूट नौना जिहा बेबी आ ਅੱਜ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਤੇ ਅੱਜ ਦਾ ਵਲੌਗ ਬਹੁਤ ਹੀ ਡਿਮਾਂਡਿੰਗ ਸੀਗਾ ਕਿ ਤੁਸੀਂ ਸਾਰੇ ਜਣੇ ਕਹਿਣ ਦੇ ਸੀ ਹਾਊਸ ਟੂ ਹਾਊਸ ਟੂ ਹਾਊਸ ਟੂ ਸੋ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਪਣਾ ਹਾਊਸ ਟੂ ਹਾਊਸ ਟੂਰ ਹਾਊਸ ਟੂਰ ਹਾਊਸ ਟੂਰ ਪੈਰ ਦੇਖ 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 ਪੜ੍ਹੇ ਲਿਖੇ ਜਵਾਕ ਤੇ ਹੁਣ ਆਪਾਂ ਵਲੌਗ ਸ਼ੂਟ ਕਰਨ ਲੱਗੇ ਹਾਊਸ ਟੂਰ ਵਲੌਗ ਸ਼ੂਟ ਕਰਨ ਲੱਗੇ ਹਾਂ सारे हाउस टूर दिखाने मेरे यार तुम कपड़े तो कमेंट ना करो मेरे तो सची इन्हे ही कपड़े आ लॉकडाउन करके सारा कुछ बंद है पिछे दुकान है वाहेगुरू टीक देख लिया ए बंद है एक आ दुकान प्लाट है बंद किया लॉकडाउन करके सारा कुछ ही बंद है नहीं तो यह रोड बहुत ज्यादा चलता हूँ मैं कैमरा घुमा के प्यो यह आप शुरुआत करन लगे हाँ दिखाने घर ए मेरे ख्याल में बंदे जाने पछाने लग रहे ने मिस्टर मंगा जी श्रेया अविश तेरी किस्मत सिगा अज ए मिलो तुम हविश दे पापा नू हाउस टूर आ जिहड़ा तीसरे टेक शुरू होया ठीक है तुहानूं पहलां दिखा दईए दुकान नहीं तू नहीं आई पहला शॉप दिखा दिए लॉकडाउन करके बंद की हुई है सो यह अपनी बुटीक आंटिया एक नाम नेहा एक नाम स्नेहा नहीं पता नहीं की रखे सीमा सीमा रखे एक स्नेहा एक सीमा स्नेहा स्नेहा तू खड़ी ते यह अपनी बुटीक आ वाहेगुरु बुटीक जो कि असीं गूगल मैप से सर्च कर सकते हैं ते बाकी चल हुण चलदे आ उधर घर वाल चल आ ठंडी होई पई है दुकान मजा आ गया सोना सोना समामा समामा चल आ जा चलिए तो वे आपा हुण तुहानूं लैके जांदे आ दूसरे पासे घर वाल आ वाला रूम मेरा इधर वाला ए वाला राजू दा वा ठीक है ए थल्ले फिर तुहानूं सारा पुछण हुण आपा दिखाउने आ ए साडी पहली कार है आ जा ए ए जिहड़ी दीदी दुकान ते काम करदी उहनां दी एक्टिवा ए वाली साडी ओ साडा घोड़ा आ जा छेती आया आया बाहर आया चल आया ठीक है ए स्नेहा दी एक्टिवा च एक्टिवा आई आ ओ फुल आपां जिहड़े तुसीं देखिया ओ व्लॉग भी देखिया होणा तुसीं सारा आपां जदों लैके आए सीगे ओ नवां लिआंदा वा उत्ते पर आपां फुल लवाउणे आ सो आ हैगा मोटर इहदे कपड़े कुपड़े धोई दे इत्थे वाशिंग मशीन पई होणी आ ते आ हुण आपां चले आ प्लाट वल ए अपनी इहदा नां हजे आपां रख्या नहीं की रखणा तुसीं दस दिओ ओ रख लवांगे
ਸੋ ਬਾਹਰ ਤੋਂ ਜਾਂਦਾ ਗੇਟ ਦਿਖਾਇਆ ਹੁਣ ਆਪਾਂ ਤੇ ਆ ਜਾਓ ਇਹ ਵਾ ਹੁਣ ਸਾਰਾ ਇਹ ਸਾਡੀ ਪੈਲੀ ਸਾਰੀ ਆ ਵਾਲੀ ਇਹ ਹੈਗੀ ਆ 16 ਕਿੱਲੇ ਆ ਤੇ 16 ਕਿੱਲੇ ਪੈਲੀ ਇੱਕਾ ਉਹ ਇਹ ਸਾਡੀ ਗਾਂ ਉਹ ਸਾਡੀ ਵੱਛੀ ਨਿੱਕੀ ਜੀ ਵੱਛੀ ਇਹ ਸਾਡੀ ਗਾਂ ਆ ਵੱਡੀ ਜੀ ਵੱਡੀ ਜੀ ਤੇ ਇਹ ਸਾਡੇ ਟੇਲਰ ਅੰਕਲ ਭਾਜੀ ਅੰਕਲ ਕਹਿੰਦੇ ਨਾ ਹੈਲੋ ਉਹ ਗਾਣੇ ਬੰਦ ਕਰੋ ਬਰੋ ਓਏ ਮਿਲੋ ਸਾਡੇ ਭਾਜੀਆਂ ਨੂੰ ਬੈਠੇ ਜੇ ਤੇ ਆਹ ਸਾਡੀ ਬੁਟੀਕ ਤੇ ਇਹ ਬਾਕੀ ਐਕਸਟਰਾ ਕਮਰੇ ਉਦਾਂ ਹੀ ਬਣੇ ਹੋਏ ਆ ਇੱਥੇ ਆਪਾਂ ਰਹਿਣਾ ਕੱਲ ਨੂੰ ਠੀਕ ਆ ਇਹ ਸਟੋਰ ਹੈ ਇੱਕ ਇਹ ਸਟੋਰ ਆ ਇੱਥੇ ਮਤਲਬ ਉਦਾਂ ਹੀ ਸਮਾਨ ਵਗੈਰਾ ਪਿਆ ਹੋਇਆ ਇਹ ਤੂੜੀ ਤੂੜੀ ਵਾਲਾ ਕਮਰਾ ਪੱਠੇ ਲਿਆਈਦੇ ਇੱਥੇ ਤੂੜੀ ਖਤਮ ਹੋਈ ਆ ਫੀਡ ਫੂਡ ਪਈ ਇੱਥੇ ਇਹ ਕੁੱਤੇ ਵਾਲਾ ਪਿੰਜਰਾ ਤੇ ਆਹ ਵੀ ਇੱਕ ਰੂਮ ਉੱਦਾਂ ਹੀ ਮਤਲਬ ਇੱਥੇ ਵੀ ਸਟੋਰ ਹੀ ਆ ਇੱਕ ਹਿਸਾਬ ਦਾ ਇੱਥੇ ਗੱਦੇ ਵਗੈਰਾ ਪਏ ਹੋਏ ਆ ਮਤਲਬ ਸੋ ਆਇਆ ਚੱਲੀਏ ਫਿਰ ਹੁਣ ਘਰ ਵੱਲ ਨੂੰ ਉਹ ਸਾਹਮਣੇ ਆਪਣੇ ਘਰ ਤੋਂ ਸਾਰੇ ਜਣੇ ਆਪਣੇ ਘਰ ਦੇ ਬਾਅਦ ਤੁਸੀਂ ਵੀ ਲਾਓ ਕਿਸਾਨ ਇੱਕ ਕੀ ਹੋਇਆ ਚਲੋ ਚਲ ਆ ਜਾ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਘਰ ਵੱਲ ਵਾਪਸ ਸਰ ਤੁਸੀਂ ਹੁਣ ਦੇਖਿਆ ਪਲਾਟ ਹਵੇਲੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਿੱਤਰਾਂ ਦੀ ਹਵੇਲੀ ਉਹ ਸਾਹਮਣੇ ਇੱਕ ਨੁੱਕਰ ਦੇ ਵਾਸ਼ਰੂਮ ਵੀ ਹੈਗਾ ਵਾ ਠੀਕ ਆ ਸੋ ਆਪਾਂ ਹੁਣ ਚੱਲਦੇ ਘਰ ਵੱਲ ਲਓ ਵੀ ਆ ਜਾਓ ਇਹ ਆਪਾਂ ਹੁਣ ਆ ਗਏ ਫਿਰ ਘਰੇ ਵਾਪਸ ਹੁਣ ਤੁਹਾਨੂੰ ਆਪਾਂ ਫਿਰ ਸਾਰਾ ਘਰ ਦਿਖਾਉਂਦੇ ਹਾਂ ਸੋ ਰੁਕ ਜਾਓ ਕੈਮਰਾ ਘੁਮਾ ਦਿਓ ਇਹ ਆਪਣਾ ਆ ਗਿਆ ਬਰਾਂਡਾ ਠੀਕ ਆ ਬੇਬੀ ਅਖਬਾਰ ਪੜ੍ਹਨ ਲਈ ਹੈਲੋ ਬੇਬੀ ਐਟੀਟਿਊਡ ਡਰਾਇੰਗ ਰੂਮ ਜਿੱਥੇ ਆਪਾਂ ਕੀ ਵੀਡੀਓ ਸ਼ੂਟ ਕਰਦੇ ਹੁੰਨੇ ਆ ਇਹ ਵੀ ਦੇਖ ਸਕਦੇ ਆ ਇਹ ਆਪਣਾ ਡਰਾਇੰਗ ਰੂਮ ਆਪਾਂ ਸਾਰੀਆਂ ਵੀਡੀਓ ਲੋਕਡਾਊਨ ਚ ਆ ਜਿੱਦਾਂ ਵੀ ਆ ਇਹ ਆਪਣਾ ਆ ਗਿਆ ਵਾ ਸ਼ੇਰਾ ਸ਼ੇਰੇ ਤੇ ਆਹ ਦੇਖ ਲਓ ਤੁਸੀਂ ਸਾਰਾ ਆਹ ਤੁਹਾਨੂੰ ਦਿਖਾ ਦਈਏ ਹੁਣ ਉਹ ਪਾਪਾ ਦੀ ਫੋਟੋ ਆ ਇਹ ਮੇਰੀ ਆ ਤੇ ਮੈਨੂੰ ਪਤਾ ਨਹੀਂ ਹਾਊਸ ਟੂਰ 'ਚ ਕੀ ਦਿਖਾਈਦਾ ਵਾ ਉਹ ਦਾਦੂ ਦੀ ਫੋਟੋ ਆ ਇਹ ਮੈਂ ਤਾਂ ਸੁਨੇਹਾ ਆ ਆਹ ਸਾਨੂੰ ਗਿਫਟ ਮਿਲਿਆ ਸੀਗਾ ਅਤੇ ਇਹ ਚਾਚੂ ਇਹ ਫੁੱਫੜ ਜੀ ਅਤੇ ਬਾਕੀ ਹੁਣ ਆਪਾਂ ਤੁਹਾਨੂੰ ਲੈ ਕੇ ਇਹ ਦਾਦੀ ਮਾਂ ਦੀ ਅਲਮਾਰੀ ਆ ਅਤੇ ਇਹ ਦਾਦੀ ਮਾਂ ਦਾ ਬੈੱਡ ਆ ਇਹ ਹੁਣ ਆਪਾਂ ਚੱਲੇ ਹਾਂ ਆਹ ਕਮਰੇ ਨੂੰ ਕੀ ਕਹਿੰਦੇ ਅੰਮਾ ਆਹ ਕਿਹੜਾ ਕਮਰਾ ਵਾ ਲੋਬੀ ਆਹੋ ਇਹ ਆ ਗਈ ਆਪਣੀ ਲੋਬੀ ਠੀਕ ਆ ਆਹ ਚੈੱਕ ਕਰ ਲਓ ਆਹ ਕਮਰਾ ਬਾਹਰ ਹੀ ਨਿਕਲਦਾ ਬਰਾਂਡੇ ਵੱਲ ਨੂੰ ਬੋਲੋ ਆਹ ਦੇਖ ਲਓ ਉੱਧਰੋਂ ਅੰਦਰ ਵੜੇ ਇੱਧਰੋਂ ਹੈ ਹਾਂ ਆਹ ਬਰਾਂਡਾ ਆਹ ਲੋਬੀ ਅਤੇ ਇਹ ਆ ਕਿਚਨ ਲੋਬੀ ਆ ਜਾਓ ਕਿਚਨ ਦੇ ਦਰਸ਼ਨ ਕਰ ਲਓ ਇਹ ਮਾਈਕਰੋ ਸਾਡਾ ਇਹ ਸਾਗ ਧਰਿਆ ਵਾ ਗੈਸ ਤੇ ਇਹ ਰਸੋਈ ਆ ਉਹ ਸਾਹਮਣੇ ਮੈਂ ਇੱਥੋਂ ਸਾਰਾ ਗੇਟ ਦੇਖਦਾ ਇੱਧਰੋਂ ਇਹ ਛੱਤ ਨੂੰ ਪੌੜੀਆਂ ਜਾਂਦੀਆਂ ਇੱਥੋਂ ਦੀ ਸੋ ਆ ਜਾ ਤੁਹਾਨੂੰ ਅੱਗੇ ਲੈ ਕੇ ਚੱਲੀਏ ਹੁਣ ਇਹ ਆ ਗਈ ਸਾਡੀ ਫਰਿੱਜ ਇਹ ਆ ਪਾਪਾ ਵਾਲਾ ਕਮਰਾ ਲਓ ਵੀ ਇਹ ਪਾਪਾ ਵਾਲਾ ਬੈਡਰੂਮ ਆ ਆ ਜਾਓ ਇਹ ਵਲੋਗ ਸ਼ੂਟ ਮੈਂ ਖੁਦ ਕਰ ਰਿਹਾ ਹਾਂ ਇਹ ਮੰਮਾ ਪਾਪਾ ਦੀ ਫੋਟੋ ਇਹ ਜਦੋਂ ਆਪਾਂ ਗੱਡੀ ਲੈਣ ਗਏ ਸੀਗੇ ਅਤੇ ਇਹ ਉਹ ਭਾਅ ਜੀ ਜਿਨ੍ਹਾਂ ਨੇ ਅੱਗੇ ਕੰਮ ਕਰਵਾਇਆ ਦਾਦੀ ਮਾਂ ਪਾਪਾ ਰਾਜੂ ਸੁਨੇਹਾ ਅਤੇ ਆ ਜਾਓ ਹੁਣ ਆਪਾਂ ਚੱਲਦੇ ਹਾਂ ਉੱਤੇ ਸਾਡੇ ਕਮਰੇ ਵੱਲ ਨਹੀਂ ਸੱਚ ਆਹ ਕਮਰਾ ਇੱਥੇ ਇੱਕ ਦਰਵਾਜ਼ਾ ਹੈਗਾ ਆ ਇਹ ਨਿਕਲਦਾ ਵਾ ਸਿੱਧਾ ਇੱਧਰੋਂ ਬਾਥਰੂਮ ਵੱਲ ਨੂੰ ਇਹ ਆਹ ਦੇਖੋ ਇਹ ਇੱਧਰ ਬਾਥਰੂਮ ਵੱਲ ਨੂੰ ਨਿਕਲਦਾ ਵਾ ਇਹ ਪੌੜੀਆਂ ਜਾਂਦੀਆਂ ਤਾਂ ਨੂੰ ਇਹ ਵੀ ਇੱਧਰੋਂ ਸਿੱਧਾ ਬਰਾਂਡੇ ਵੱਲ ਨੂੰ ਨਿਕਲ ਜਾਈਦਾ ਆਪਾਂ ਆਹ ਵੀ ਦੇਖ ਲਓ ਇੱਥੇ ਕੱਪੜੇ ਪ੍ਰੈਸ ਕਰੀਦੇ ਆ ਸੋ ਆ ਜਾਓ ਹੁਣ ਆਪਾਂ ਤੁਹਾਨੂੰ ਦਿਖਾਈਏ ਸਟੋਰ ਇੱਥੇ ਕੱਚ ਦਾ ਸਮਾਨ ਰੱਖਿਆ ਰਸੋਈ ਦਾ ਇਹ ਸਟੋਰ ਜੀ ਇੱਥੇ ਸਮਾਨ ਪਿਆ ਪੇਟੀਆਂ ਵਗੈਰਾ ਬਾਕੀ ਰਾਸ਼ਨ ਰੂਸ਼ਨ ਪਿਆ ਹੋਣਾ ਇੱਧਰ ਔਰ ਇੱਥੇ ਮਤਲਬ ਰਾਸ਼ਨ ਰੂਸ਼ਨ ਰੱਖਿਆ ਟਾਈਟ ਵਗੈਰਾ ਇੱਕ ਆਹ ਅਲਮਾਰੀ ਉੱਦਾਂ ਹੀ ਇੱਥੇ ਮਤਲਬ ਚਾਦਰਾਂ ਚੁਦਾ ਰੱਖੀ ਦੀਆਂ ਅਤੇ ਆ ਜਾਓ ਹੁਣ ਸਟੋਰ 'ਚੋਂ ਬਾਹਰ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉੱਪਰ ਆਪਣਾ ਬੈਡਰੂਮ ਉਹ ਸੁਨੇਹਾ ਡਿਸਕ੍ਰਾਈਬ ਕਰੂਗੀ ਠੀਕ ਆ ਚਲੋ ਆ ਜਾਓ ਹੁਣ ਆਪਾਂ ਚੱਲੇ ਹਾਂ ਉੱਪਰ ਠੀਕ ਆ ਬੀਬੀ ਉੱਪਰਲਾ ਪੋਰਸ਼ਨ ਦਿਖਾਉਣ ਇਹ ਹੈ ਆਹੋ ਦਿਖਾਉਂਦੇ ਹਾਂ ਆਹ ਹੁਣ ਆਪਾਂ
ਇੱਥੇ ਬੈਲ ਵੀ ਲਵਾਈ ਆਪਾਂ ਉੱਤੇ ਉੱਤੇ ਵਾਲੇ ਮੈਂਬਰਾਂ ਵਾਸਤੇ ਠੀਕ ਆ ਆਹ ਪੌੜੀਆਂ ਉੱਤੇ ਹੁੰਦੀਆਂ ਠੀਕ ਆ ਵਾਸ਼ਰੂਮ ਨਹੀਂ ਦਿਖਾਤਾ ਇਹ ਦਰਾਣੇ ਕੀ ਕਰੀ ਜੰਨੀ ਆ ਇਹ ਦਾਣੇ ਵਾਲਾ ਡਰਮ ਇਹ ਇਨਵੇਟਰ ਪਿਆ ਵਾ ਇਹ ਚਾਚੇ ਦਾ ਮੁੰਡਾ ਹੈਲੋ ਜਰਮਨ ਆਪਣਾ ਨਾਂ ਦੱਸੀ ਜਰਮਨਜੀਤ ਸਿੰਘ ਲਾਲੀ ਮੈਂ ਬੜਕ ਮਾਰਦੇ ਲਓ ਯਾਰ ਪਾਣ ਦਾ ਨੂਰ ਦਿਖਾਉਨੇ ਬਾਬੇ ਦਾ ਕਮਰਾ ਜੁੱਤੀ ਲਾ ਦੇ ਤੁਸੀਂ ਜਾਓ ਲਓ ਯਾਰ ਪਾਣ ਦਾ ਬਾਬਾ ਜੀ ਵਾਲਾ ਕਮਰਾ ਦਿਖਾ ਦਈਏ ਇਹ ਆ ਬਾਬਾ ਜੀ ਵਾਲਾ ਕਮਰਾ ਠੀਕ ਆ ਇੱਥੇ ਆਪਾਂ ਸੈਂਚੀ ਰੱਖੀ ਹੋਈ ਆ आ जाओ इन्हें बंद कर दी स्नेहा ने चप्पला वो जुत्ती पाई हुई है लाई दिखाता हूँ आप आ जाओ हूँ तुम आप दिखाइए उत्ते वाला पोर्शन आ जाओ लो भी ए छत ए पौड़ियाँ जिसमें सब तो उत्ते कोठे वास्ते जांदियां वालियां वो मेरे जिम का समान जो आप पहला थोड़ा बहुत फुकरीन लाई दा सी ए बाबे दे कमरे वाला जिहड़ा बालियां सीगियां वो बाबा जी दे कमरे वालियां ते ऐ उत्ते पोर्शन दी किचन आ जिहड़ी कि मतलब आपां जिते मतलब किचन मतलब बनी हुई आ इत्थे उत्ते वाले कपड़े धो लई दे आ बूट बाट पए मतलब खलारा ही पिया इत्थे सारे एक टीवी पिया पुराना साडी फ्यूचर किचन आ इहनूं वड्डा करा लांगे बाद च आपां ठीक आ मतलब आ दो रूम आ इक आ वाला रूम आ किचन अंदर ओ देखो चल कोई नहीं ते ऐ रूम आ आपणा ऐ डंबर आ रखे आ दरवाजा दा ओ खराब होया ਇਹ ਖਲਾਰਾ ਪਿਆ ਹੋਇਆ ਤੇ ਆਹ ਵਾਸ਼ਰੂਮ ਹੈ ਨਾਲ ਹੀ ਬੂਟ ਧੋ ਕੇ ਰੱਖੇ ਆ ਠੀਕ ਆ ਤੇ ਉਹ ਲਾਈਟ ਪਈ ਲੈਪਟੋਪ ਪਿਆ ਵਾ ਇਹ ਮੇਰਾ ਵਾਲਾ ਰੂਮ ਆ ਉਹ ਕੁੱਤੇ ਦਾ ਸਮਾਨ ਆਪਾਂ ਸ਼ੇਰੇ ਦਾ ਸਮਾਨ ਰੱਖਿਆ ਸਾਰਾ ਉੱਤੇ ਸਜਾ ਕੇ ਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਰਾਜੂ ਵਾਲਾ ਕਮਰਾ ਆ ਜਾਓ ਹਾਊਸ ਟੂਰ ਆਹੀ ਹੁੰਦਾ ਆਹ ਰਾਜੂ ਵਾਲਾ ਕਮਰਾ ਆ ਨਾਲ ਜਰਮਨਜੀਤ ਸਿੰਘ ਲਾਲੀ ਜੀ ਪੜ੍ਹ ਰਹੇ ਨੇ ਠੀਕ ਆ ਤੇ ਜਿਹਨੂੰ ਪੜ੍ਹਨਾ ਨਹੀਂ ਆਉਂਦਾ ਉਹ ਪੜ੍ਹਾ ਰਹੀ ਹੈ ਠੀਕ ਆ ਇਹ ਸਾਡੇ ਕਮਰੇ ਮਤਲਬ ਸੇਮ ਹੀ ਬਣੇ ਆ ਇਹ ਮਤਲਬ ਕਿ ਬਾਥਰੂਮ ਇਹਦਾ ਨਾਲ ਹੀ ਅਤੇ ਆਹ ਮਤਲਬ ਸ਼ੀਸ਼ੇ ਲੱਗੇ ਹੋਏ ਆ ਸੇਮ ਹੀ ਬੈਡਰੂਮ ਆ ਮਤਲਬ ਆਪਣੇ ਦੋਵਾਂ ਦੇ ਮਤਲਬ ਪੇਂਟ ਦੇ ਹੋਰ ਕਿਆ ਇਹ ਮਤਲਬ ਸੈਂਟਰ ਮਤਲਬ ਸੇਮ ਹੀ ਡਿਜ਼ਾਇਨ ਆ ਦੋਵਾਂ ਦਾ ਤੁਸੀਂ ਜਦੋਂ ਮੈਂ ਸਟਾਰਟਿੰਗ ਕੀਤਾ ਉਦੋਂ ਤੁਸੀਂ ਦੇਖਿਆ ਹੋਣਾ ਉਹ ਸਾਹਮਣੇ ਡਾਕਟਰ ਬੀ ਆਰ ਅੰਬੇਦਕਰ ਬੁੱਧ ਮੰਦਿਰ ਆ ਉਹਨਾਂ ਦਾ ਅਤੇ ਆਹ ਰਾਜੂ ਵਾਲਾ ਕਮਰਾ ਮੇਰੇ ਵਾਲਾ ਆਹ ਵਾਸ਼ਰੂਮ ਆ ਉੱਥੇ ਇੱਕ ਹੋਰ ਵੀ ਲਾਈ ਹੋਈ ਠੀਕ ਆ ਇਹ ਕੂਲਰ ਆਪਾਂ ਕਦੀ ਲਾਇਆ ਨਹੀਂ ਹੁਣ ਆਪਾਂ ਅਤੇ ਇਹ ਆ ਮਤਲਬ ਬਾਕੀ ਤੁਹਾਨੂੰ ਅੱਗੋਂ ਦਿਖਾ ਦਈਏ ਸਾਰਾ ਕੁਛ ਉਹ ਤਾਊ ਜੀ ਹੋਣਾ ਦਾ ਘਰ ਆ ਇਹ ਚਾਚੂ ਹੋਣਾ ਦਾ ਘਰ ਆ ਸਾਹਮਣੇ ਇਹ ਸਾਡਾ ਹੀ ਘਰ ਆ ਗੁਆਂਢੀ ਆ ਸਾਡੇ ਦਾ ਘਰ ਅਤੇ ਬਾਕੀ ਹੁਣ ਆਪਾਂ ਚੱਲੀਏ ਥੱਲੇ ਹੀ ਫਿਰ ਦਿਖਾ ਦਾ ਤੁਹਾਨੂੰ ਸਾਰਾ ਹੁਣ ਸਾਨੂੰ ਪਤਾ ਨਹੀਂ ਹਾਊਸ ਟੂਰ 'ਚ ਆਹ ਸਰ ਉੱਤੇ ਲੈ ਕੇ ਜਾਂਦੇ ਆ ਜਾ ਸੁਣਿਆ ਉੱਤੇ ਚੱਲੀਏ ਆ ਜਾ ਬਸ ਥੋੜ੍ਹਾ ਥੋੜ੍ਹੀ ਜਿਹੀ ਕਲਿੱਪ ਹੀ ਲੈਣੀ ਮੈਂ ਦਿਖਾ ਦਈਏ ਕਰੀ ਇਹ ਮੈਂ ਥੱਲੇ ਚੱਲ ਫਿਰ ਮੈਂ ਹੋ ਕੇ ਆਉਂਦਾ ਇਹ ਪੌੜੀਆਂ ਉੱਤੇ ਜਾਣ ਨੂੰ ਆ ਜੋ ਵੀ ਸਾਨੂੰ ਉੱਤੋਂ ਵੀ ਦਿਖਾ ਲਿਆਈਏ ਪੂਰਾ ਹਾਊਸ ਟੂਰ ਦਿਖਾ ਦਈਏ ਹੁਣ ਇਹ ਕੁੱਤੇ ਕਰਕੇ ਲਾਇਆ ਕੁੱਤੇ ਨੂੰ ਫਿਰ ਉੱਤੇ ਚੜ੍ਹ ਜਾਂਦਾ ਉੱਤੇ ਗਰਮੀ 'ਚ ਫਿਰ ਉਤਰਿਆ ਨਹੀਂ ਜਾਂਦਾ ਆ ਲਓ ਜੀ ਦੇਖ ਸਕਦੇ ਹਾਂ ਤੁਸੀਂ ਸਭ ਤੋਂ ਉਤਲਾ ਟੋਪ ਫਲੋਰ ਚੈੱਕ ਕਰ ਲਓ ਹਾਊਸ ਟੂਰ ਖਤਮ ਹੋਣ ਲੱਗਾ ਆਹ ਸਭ ਤੋਂ ਉੱਤੇ ਵਾਲਾ ਫਲੋਰ ਆ ਇਹ ਬੀ ਐੱਸ ਐੱਨ ਐੱਲ ਦਾ ਟਾਵਰ ਇੱਕ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵੀ ਸਪੋਰਟ ਫਾਰਮਰ ਇਹ ਹਵੇਲੀ ਹੈ ਸਾਰੀ ਮੈਂ ਉੱਪਰੋਂ ਇੱਦਾਂ ਦਿਖਦਾ ਇੱਥੇ ਗੱਡੀ ਲਾਈ ਦੀ ਬਲੂ ਜਗ੍ਹਾ 'ਤੇ ਆਹ ਬਾਕੀ ਇੱਥੇ ਆ ਇੰਨੀ ਜਗ੍ਹਾ 'ਤੇ ਗਾਈ ਬੰਨੀ ਦੀ ਆ ਉਹ ਅੱਗੇ ਸਾਰਾ ਟੇਲਰ ਆਉਂਦਾ ਹੀ ਆ ਮਤਲਬ ਉਹ ਤੂੜੀ ਵਾਲਾ ਕਮਰਾ ਇੱਕ ਇਹ ਤੁਸੀਂ ਦੇਖ ਲਓ ਸਾਰਾ ਉਹ ਸਾਹਮਣੇ ਤਾਊ ਜੀ ਉਹਨਾਂ ਦਾ ਘਰ ਆ ਜਰਮਨ ਜਿਹੜਾ ਤੁਸੀਂ ਥੱਲੇ ਦੇਖਿਆ ਮੁੰਡਾ ਇਹ ਸਾਹਮਣੇ ਚਾਚਾ ਜੀ ਉਹਨਾਂ ਦਾ ਉਹ ਸਾਰੇ ਬਾਹਰ ਹੀ ਆ ਅਤੇ ਆ ਬਸ ਰੋਬਿਨ ਦਾ ਘਰ ਤੁਹਾਨੂੰ ਦਿਖਾ ਦਈਏ ਰੋਬਿਨ ਦਾ ਘਰ ਹੈ ਇਹਦੇ ਲਾਗੇ ਆ ਇਹ ਨਵਾਂ ਜਿਹੜਾ ਬਣਨ ਡਿਆ ਸਾਬੀ ਦਾ ਘਰ ਹੈਗਾ ਆ ਉਹ ਸਾਹਮਣੇ ਤੁਸੀਂ ਆਹ ਚਿੱਟੀ ਟੈਂਕੀ ਦੇਖਦੇ ਹੋਣੇ ਇਹ ਆਹ ਵਾਲੀ ਇਹਦੇ ਨਾਲ ਹੀ ਆ ਸਾਬੀ ਦਾ ਘਰ ਅਤੇ ਪਹਿਲਾਂ ਸਾਬੀ ਦਾ ਘਰ ਇੱਧਰ ਪਿਛਲੀ ਸਾਈਡ 'ਤੇ ਹੁਣ ਇੱਧਰਲੇ ਪਾਸੇ ਆ ਗਿਆ ਸੋ ਆ ਜਾਓ ਚੱਲੀਏ ਹੁਣ ਥੱਲੇ ਆਹ ਪਿੱਛੇ ਸਾਡੇ
ਸਲਾਟੀਆਂ ਮਿਲ ਵਿੱਚ ਹੀ ਉਹ ਵੀ ਵਲੌਗ ਦੀ ਐਂਡਿੰਗ ਹੋਣ ਲੱਗੀ ਆ ਬਸ ਥੋੜੇ ਚਿਰ ਦੀ ਤੁਹਾਨੂੰ ਦਿਖਾਤਾ ਆਇਆ ਸਨੇਹ ਥੱਲੇ ਜਾ ਕੇ ਖਤਮ ਕਰੀਏ ਫਿਰ ਤੇ ਸਾਰਿਆਂ ਨੇ ਤੁਸੀਂ ਹੋਮ ਟੂਰ ਦੇਖਿਆ ਉਹਨੂੰ ਕੁਛ ਖੱਕ ਹੋ ਗਿਆ लो ओ देखो नौ फस वीडियो देखन नु की आ आ लड़के आई है केड़ी वीडियो देखन ने हां मैं देखन दई बहुत बढ़िया वा तो ना केड़ी वीडियो वा कोई गलती होवे सास नु ना मार कुत दी लिखया है सास दी मां नहीं बन सकदी ते नु धी ना समझो चलो आ जाओ है दो ससा नु पता होवे सास नु आप चली अंदर गर्मी बड़ी है उत्ते व्लॉग शूट कीता ले भी कम एंडियस ने पानी पे आई यार कैमरा माड़ा टका दिए बहुत गर्मी यार बड़ा औखा व्लॉग बनाया लाइक कमेंट कर दियो तो खास है नहीं सीगा मैंने तो बनाने का मजा आया नहीं की है ये व्लॉग वैसे मैंने तो आवी मजा आया हाउस टूर सारे गए अंदर सारा घर तुम दिखा दा पर कोई नजारा आया नहीं कोई गल बात कर लो चाहिए शायद लोग तो देख लें लोकां दी डिमांड सी असी पूरी की थी हुण लोकां उत्ते आ इन्हां ने इहदा मतलब फल आपां पूरा देना कि नहीं लाइक करके असी डिमांड पूरी की थी बाकी आप कोई सोच लें कोई गल जो कोई कर ली तो उदों तक बंद कर लें मेरे वीरियो तो मेरी भैनों तुम हमने साडा व्लॉग देख के हटे हाँ हाउस टूर वाला सारा व्लॉग तुम चैक किया तो आप मेरा व्लॉग हजे छोटा जहा तो मैं छोटा व्लॉग घट ही पाँगा हों व्लॉग अपना हजे मतलब 10 मिनट का ही होया व्लॉग में व्डा करने कुछ हम मैं क्या ऐड कर दीए कुछ 5-10 मिनट 20 मिंट तक 18-15-16-18 मिनट तक ले जाइए ये आप मतलब गल करिए हो रहा है घुगी थोड़ा चल दस दिने घुगी की होंगे चलो मैं सारे दस दिने घुगी बुला मम्मा ने कहा घुगी पंछी होंगे या मैं पंछी हूं यार दसी ए मैं पंछी हूं हां कहू एने कई आई क्वेश्चन सिगे कि तुसी सारे जाने आने मतलब झाली बड़ी खिलारी गई पार्ट फोर मतलब फिर आप ओद ही करी जाने जिदा बलोच करी जाने हम थोड़ा गल कर ली मतलब हम आप चलो फोर्थ पार्ट फोर्थ पार्ट ए कर दें थर्ड पार्ट करी थोड़ा फिर मतलब कि इहदे पेरेंट्स किदां बनाए सी आपां तुहानूं दस्सता सीगा वी हैना किदां बनाए गल गुल करके इहनां दा नहीं दस्सिया मेरा मैं तुहानूं दस देना मेरे पेरेंट्स ते ओह देख लो सामने बैठे मेरे पेरेंट्स ठीक है मेरे पेरेंट्स दा मतलब इदां कोई मतलब सीगा मतलब आपां ने दोवां ने इन्ना कोई करना ही नहीं पिया मतलब नॉर्मली मन गए सीगे कि हां वी क्या की इदां दा करके सो मैं भी मतलब अपने घरे गल कीती नॉर्मल कि हां वी आपां नॉर्मल मन गए मैं मम्मा नाल गल कीती मम्मा तां मम्मा नूं मैं पहलां ही मिलदी हुंदी सी मम्मा नाल मेरी शुरू तों ही बॉन्डिंग आ रोके तो पहले ही पापा नु मनाया सी औखे हो गए ओ गगन दसूगे ते नहीं नहीं इन्ना भी नहीं मतलब की आपा गल ही कीती सी कि हां भी चलो आपा गलबात कीती कि मतलब की ना नहीं उन्होंने कीती थोड़ा थोड़ा चलो सारे पेरेंट्स करते होंगे मतलब दो तीन बार असी गलबात कीती फिर दादी मां नु कहा दादी मां ने भी फिर अगे सिफारिश पाई मैं चार पांच जाने दी सिफारिश पाउण आ गए आपा फिर पापा नु मना लिया फिर पापा मान गए कुछ किया पापा ने नहीं कुछ भी जेड़ा तुसी दसना चाहो दादी मां नूं सारे गाला गूला पईआं मुंडा बगाड़ता ये करता इहनूं बूए चढ़ाता ठीक है फिर मतलब की बाकी होर तां कोई सिगा नहीं मतलब नॉर्मली मन गई सीगे ते बाकी मैं
ਫੇਰ ਮੰਨ ਹੀ ਗਏ ਹੋ ਬਾਕੀ ਜਿੰਨੇ ਸੋਹਣੇ ਤਰੀਕੇ ਨਾਲ ਦੱਸਣ ਦੇ ਇੰਨੇ ਸੋਹਣੇ ਤਰੀਕੇ ਨਾਲ ਵੀ ਪਾਪਾ ਨੇ ਨਹੀਂ ਮੰਨੇ ਠੀਕ ਹੈ ਬਾਕੀ ਸਨੇਹਾ ਦੇ ਚਲੋ ਆਪਾਂ ਤਾਂ ਦੱਸਦੇ ਹੀਗੇ ਲਵ ਸਟੋਰੀ ਬਸ ਆਹੀ ਆ ਬਾਕੀ ਹੁਣ ਲਵ ਸਟੋਰੀ ਬਾਕੀ ਹੁਣ ਸਾਰੇ ਸਹੀ ਆ ਹਾਂ ਹੁਣ ਓਕੇ ਆ ਹੁਣ ਪਾਪਾ ਵੀ ਮਤਲਬ ਓਕੇ ਪਾਪਾ ਬਹੁਤ ਪਿਆਰ ਕਰਦੇ ਆ ਹੁਣ ਪਾਪਾ ਕਹਿ ਕੇ ਗਏ ਸੀ ਕਿ ਸਨੇਹਾ ਨੂੰ ਕਹੀਂ ਆ ਕੇ ਪਕੌੜੇ ਬਣਾ ਕੇ ਦੇਵੇ ਤੇ ਸਨੇਹਾ ਕਹਿੰਦੇ ਤੂੰ ਮਿਲੇ ਨਹੀਂ ਬੜਾ ਚਿਰ ਹੋ ਗਿਆ ਮਿਲਣਾ ਨਹੀਂ ਇਦਾਂ ਗਿਆ ਉਹਨਾਂ ਨੇ ਪਕੌੜੇ ਪਕੌੜੇ ਦਾ ਮੈਨੂੰ ਉਹਨਾਂ ਨੇ ਪਕੌੜੇ ਲੈ ਉਹ ਮੈਨੂੰ ਨਹੀਂ ਗਿਆ ਮੈਨੂੰ ਸਿਰਫ ਕਿਹਾ ਸੀ ਮੈਨੂੰ ਮਿਲਣਾ ਨਹੀਂ ਪਕੌੜੇ ਆ ਸਨੇਹਾ ਨਾ ਨਾ ਪਾਰ ਪਾਲਕ ਦੇਖੀ ਸੀ ਨਾ ਪਾਪਾ ਨੇ ਲੱਗੀ ਕਹਿੰਦੇ ਪਕੌੜੇ ਬਣਾ ਫਿਰ ਮੈਨੂੰ ਕਹਿੰਦੇ ਨਹੀਂ ਨਹੀਂ ਰਹਿਣ ਦੇ ਜਦੋਂ ਸਨੇਹਾ ਆਊਗੀ ਤਾਂ ਉਹਨੂੰ ਕਈ ਬਣਾਵੇ ਲੈ ਹੁਣ ਸਨੇਹਾ ਪਕੌੜੇ ਬਣਾ ਕੇ ਖਵਾਊ ਜੇ ਪਾਪਾ ਦੇਖ ਰਹੇ ਨੇ ਤੇ ਪਾਪਾ ਮੈਂ ਜੇ ਖਲਾਏ ਫਿਰ ਤੁਸੀਂ ਕਦੀ ਜ਼ਿੰਦਗੀ ਚ ਪਕੌੜੇ ਨਹੀਂ ਕਿਸੇ ਤੋਂ ਮੰਗਨੇ ਕਿ ਵਧੀਆ ਤਰੀਕੇ ਨਾਲ ਤੇ ਬਾਕੀ ਆਪਾਂ ਹੁਣ ਇਹ ਵਲੌਗ ਦਾ ਕਰਦੇ ਆ ਐਂਡ ਸਟੋਰੀ ਤੇਰਾ ਬਣਾਉਂਦੇ ਆ ਨਾ ਤੇ ਸਾਰੇ ਜਣੇ ਲਾਈ ਆਪਾਂ ਲਵ ਸਟੋਰੀ ਵੀ ਤੁਹਾਨੂੰ ਇਹਦੇ ਵਿੱਚ ਕਲੀਅਰ ਕਰਤੀ ਮਤਲਬ ਥੋੜੀ ਜੀ ਜੋ ਮਤਲਬ ਹੋਰ ਕੋਈ ਖਾਸ ਗੱਲ ਕੋਈ ਰਹਿ ਗਈ ਭਾਵਿਸ਼ ਨੂੰ ਮਿਲਣ ਜਾਣਾ ਇਹ ਵਲੌਗ ਚ ਇਹ ਵਲੌਗ ਚ ਮੈਨੂੰ ਲੱਗਦਾ ਨਹੀਂ ਜਾਇਆ ਵੀ ਜਾਊਗਾ ਅੱਜ गोरे वाली चीजा लिया के दिन खिच करके खुलिया जो भी हैगा कि ब्लू बेरी चल जो भी है पी लो सारे हेलो हविश हेलो कर ड्राई ड्राई ना कह कह हेलो कर हेलो तो कर हेलो हविश डैडी कितने गया इंग्लिश क्या वेरी डैडी हविश वेयर इज योर डैडी ਉਹ ਦੱਸਦਾ ਹੈ ਸੱਚੀ ਦਾਦਾ ਹਵਿਸ਼ ਪਾਪਾ ਕਿੱਥੇ ਆ ਹਵਿਸ਼ ਵੇਅਰ ਇਜ਼ ਪਾਪਾ ਵੇਅਰ ਇਜ਼ ਪਾਪਾ ਓ ਵਾਟ ਹੈਪਨਡ ਹੱਪ ਕਰ ਦੋ ਸਰ ਹਵਿਸ਼ ਵੇਅਰ ਇਜ਼ ਪਾਪਾ ਅਸਲ ਤੇ ਆ ਦੇ ਗੰਦੇ ਆ ਕਿਹੜਾ ਸਟਾਈਲ ਦੀ ਰਸਨਾ ਹਵਿਸ਼ ਵੇਅਰ ਇਜ਼ ਮਮਾ ਵੇਅਰ ਇਜ਼ ਚਾਚੀ चाचू ने इंस्टाग्राम प्रमोशन चाचू सेलिब्रिटी हविश वेर दादी मां हविश वेर इज दादी वेर इज दादी सत चाचू सब्सक्राइब चाचू ओ यूट्यूब चलांदे ना तुहाडे न्याणे देखियो व्लॉग बनाया करूगे ते ओ ना स्किप करना भी आंदा है उन्हें ऐड भी स्किप कर ली है इन्होंने सेव करना है एडिटिंग करे स्क्रॉल कर रहे हैं अपने फेवरेट कार्टून नहीं ओही देखना ਇਹ ਬਾਲ ਵੀ ਛੋਟਾ ਵੀ ਵੇਖਦੇ ਨਹੀਂ ਹੋਣਾ ਇਹਨੂੰ ਪਤਾ ਹੀ ਨਹੀਂ ਹੋਣਾ ਹੈ ਨਾ ਕੀ ਦੇਖਦਾ ਛੋਟੂ ਟੀਵੀ ਕਾਰਟੂਨਸ ਉਹ ਇਹਨੂੰ ਨਹੀਂ ਪਤਾ ਹੋਣਾ ਮੈਨੂੰ ਪਤਾ ਪੰਜਾਬੀ ਮੈਂ ਦੇਖਦੀ ਹਾਂ ਛੋਟਾ ਵੀ ਉਹ ਆ ਬੀਚ ਵਾਲਾ ਗਾਣਾ ਸੁਣਦਾ ਹੈ ਸੀਗਾ ਹਨਾ ਹਵਿਸ਼ ਵੇਅਰ ਚਾਚੂ ਪਾਰਟਿਕੂਲਰ ਚੋਇਸ ਹੈ ਜੌਨੀ ਜੌਨੀ ਕੋਈ ਪਾਇਸ ਹਵਿਸ਼ ਹਵਿਸ਼ ਕਰਕੇ ਦਿਖਾ ਦੋ ਇਧਰ ਆ ਦਿਖਾ ਦੋ ਆ ਪਲੇਟ ਚ ਪਾ ਕੇ ਦੇ ਇਧਰ ਆ ਜਾਓ ਚਾਚੂ ਕੋ ਦੋ ਪਲੇਟ ਮੇ ਡਾਲ ਕੇ ਪੌਪਕਨ ਕੋ ਕੀ ਪੌਪਕਨ ਪਲੇਟ ਹਵਿਸ਼ ਖਾਦਾ ਵੇਗੀ ਆਹ ਕਹਿਣਾ ਤੂੰ ਇੱਚ ਕਰ ਕਿਉਂ ਬਾਗਲ ਨੇ ਸਾਰਾ ਮੈਸਅਪ ਕਰ ਦੇਣਾ ਹੈ
इसमें डाल के दो चाचू को, इसमें डाल के दो, इसमें डाल के दो। अच्छा अच्छा पाना नाउ गिव इट टू चाचू की बुटेड इन दिस। चाचू ने सारा खाया ना, मैं अपना लेके जावा। ਇਹ ਹੁਣੇ ਤੁਸੀਂ ਸਾਡੇ ਕਿਊਟ ਜਿਹੇ ਭਤੀਜੇ ਨੂੰ ਮਿਲੇ, ਜਿਹੜਾ ਕਿ ਤੁਸੀਂ ਦੇਖਿਆ ਸੀਗਾ, ਇਹ ਸੀ ਸਾਡਾ ਕਿਊਟ ਜਿਹਾ ਭਤੀਜਾ, ਤੇ ਇਹਨੂੰ ਆਪਾਂ ਮਿਲ ਕੇ ਜਿਹਦਾ ਨਾਮ ਸੀ ਹਵੀਸ਼। ਆਪਾਂ ਚੱਲੇ ਆ ਹਾਊਸ, ਹੁਣ ਆਪਾਂ ਚੱਲੇ ਆ ਘਰੇ, ਫਿਰ ਘਰੇ ਜਾ ਕੇ ਵਲੌਗ ਨੂੰ ਐਂਡ ਕਰਦੇ ਆ ਕਿਉਂਕਿ ਟਾਈਮ ਬਹੁਤ ਹੋ ਗਿਆ, 5 ਵਜ ਲੱਗੇ ਆ, 4:15 ਹੋ ਗਏ ਆ, ਫਿਰ 5 ਵਜੇ ਤੱਕ ਸਨੇਹਾ ਨੇ ਘਰੇ ਵੀ ਜਾਣਾ ਵਾਪਸ, ਤੇ ਪਾਪਾ ਸ਼ਾਇਦ ਆ ਗਏ ਹੁਣ, ਫਿਰ ਪਾਪਾ ਨੂੰ ਮਿਲਣਾ ਜਾ ਕੇ। ਸੋ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਊਗਾ, ਐਂਡ ਫਿਰ ਆਪਾਂ ਘਰ ਜਾ ਕੇ ਕਰਦੇ ਹਾਂ। ਬਸ ਥੋੜੀ ਜਿਹੀ ਚੱਲੇ, ਲੱਗੀ ਹੈਗਾ ਜਦ ਦੂਰ ਨਹੀਂ ਹੈਗਾ, ਬਸ 1 ਮਿੰਟ ਦੀ ਡਰਾਈਵ ਆ। ਸੋ ਆਪਾਂ ਘਰੇ ਪਹੁੰਚਣ ਵਾਲੇ ਆ, ਫਿਰ ਘਰੇ ਜਾ ਕੇ ਮਿਲਦੇ ਆ ਤੁਹਾਨੂੰ, ਠੀਕ ਹੈ, ਬਾਏ ਬਾਏ। ਉਹ ਤਾਂ ਬਾਬਿਓ ਆਪਾਂ ਆ ਗਏ ਆ ਹੁਣ ਘਰੇ। ਅੱਜ ਦਾ ਵਲੌਗ ਤੁਸੀਂ ਸਾਰਿਆਂ ਨੇ ਦੇਖਿਆ, ਇਹਦੇ ਚ ਲਵ ਸਟੋਰੀ ਆਪਾਂ ਤੁਹਾਨੂੰ ਦੱਸੀ ਆ। ਆ ਕੀ ਲੱਗਾ ਆ? ਉਹ ਖੂਬਸੂਰਤੀ ਹੈ, ਕੁਛ ਲੱਗਾ ਆ, ਖੂਬਸੂਰਤੀ ਖੂਬਸੂਰਤੀ ਲੱਗੀ ਆ। ਤੇ ਆਪਾਂ ਕੀ ਕਹਿੰਦੇ ਆ, ਲਵ ਸਟੋਰੀ ਵੀ ਤੁਹਾਨੂੰ ਦੱਸਤੀ, ਜੋ ਥੋੜਾ ਜਿਹਾ ਆਪਣਾ ਰਹਿ ਗਿਆ ਸੀ ਪਾਰਟ, ਬਾਕੀ ਨਵੀਂ ਲਵ ਸਟੋਰੀ ਬਹੁਤ ਜਲਦੀ ਪਾਰਟ ਬਣਾਵਾਂਗੇ, ਕੋਈ ਨਵੀਂ ਲਵ ਸਟੋਰੀ ਸਾਡੀ ਸ਼ੁਰੂ, ਮਤਲਬ ਕੋਈ ਨਵਾਂ ਪਾਰਟ। ਤੇ ਹੋਮ ਟੂਰ ਵੀ ਤੁਹਾਨੂੰ ਦਿਖਾਤਾ ਆਪਾਂ। ਹੁਣ ਸਾਰੇ ਜਣੇ ਵਲੌਗ ਨੂੰ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਾ, ਤੇ ਬਾਕੀ ਆਪਣੇ ਹੋਰ ਵਲੌਗ ਦੇਖਣ ਵਾਸਤੇ ਵਾਸੀਆਂ ਲਈ ਜਾਂਦੀ ਆ, ਬਾਕੀ ਸਾਡੇ ਹੋਰ ਵਲੌਗ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਇੱਥੇ ਆਪਣੇ ਇੰਸਟਾਗ੍ਰਾਮ, ਇੱਥੇ ਸਨੈਪਚੈਟ, ਇੰਸਟਾਗ੍ਰਾਮ ਦਾ ਸਕਰੀਨਸ਼ੋਟ ਆ ਰਿਹਾ ਆ, ਸਾਰੇ ਜਣੇ ਜਾ ਕੇ ਫੋਲੋ ਕਰ ਲਓ, ਤੇ ਇਹਦਾ 100K ਫੋਲੋਅਰ ਪੂਰਾ ਕਰਾਓ, ਤੇ ਮੇਰਾ ਤੁਸੀਂ ਜਿੰਨੇ ਮਰਜ਼ੀ 300 ਕਰਾ ਦਿਓ, ਤੁਹਾਡੀ ਇੱਛਾ ਹੋਊਗੀ। ਤੇ ਸਨੈਪਚੈਟ 'ਤੇ ਜ਼ਰੂਰ ਐਡ ਕਰੋ ਸਾਰੇ ਜਣੇ ਆਪਣਾ, ਉੱਥੇ 100K ਮੇਰਾ ਹੋਣ ਵਾਲਾ ਵਾ, ਮੇਰਾ ਸਨੈਪਚੈਟ 'ਤੇ 100 ਕਰਾ ਦਿਓ, ਇਹਦਾ ਇੰਸਟਾ 'ਤੇ ਕਰਾ ਦਿਓ। ਸੋ ਕਰ ਲਓ ਸਾਰੇ ਜਣੇ ਐਡ, ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਿਆ। ਅਤੇ ਹੋਰ ਕੀ ਕਮੈਂਟ ਕਰਨ ਨੂੰ ਕਹਿਣਾ ਸੀਗਾ? ਆਹ ਤਾਂ ਹੋਮ ਟੂਰ ਆ। ਹਾਂ ਹੋਮ ਟੂਰ ਦਾ, ਕਿ ਹੋਰ ਆਪਾਂ ਤੁਹਾਡੇ ਲਈ ਕਿਹੜਾ ਵਲੌਗ ਬਣਾਈਏ, ਸਾਰੇ ਜਣੇ ਕਮੈਂਟਾਂ ਦੱਸਿਓ। ਸੋ ਬਾਏ ਬਾਏ, ਮਿਲਦੇ ਹਾਂ ਨਵੇਂ ਵਲੌਗ 'ਚ।